ਉਸਤਾਦ ਜੀ ਕਬੂਤਰ ਵੀ ਉਸਤਾਦੀ ਕਬੂਤਰ ਲੈ ਕੇ ਆਉਂਦੇ ਨੇ ਉਸਤਾਦ ਜੀ ਕੀ ਹੈ 400 ਕਬੂਤਰ ਦਾ ਸੈਟਅਪ ਲੈ ਕੇ ਆਏ ਨੇ ਸਿਰਫ 600 ਰੁਪਏ ਬਣ ਨੇ ਮਹਿਰੋਂ ਵਾਲੇ ਚੌਧਰੀ ਵਾਲੇ 1,000 ਰੁਪਏ ਪਰ ਉਸਤਾਦ ਜੀ ਨੇ ਮੁਨਾਸਿਬ ਰੇਟ ਲਗਾਇਆ ਕਬੂਤਰ 25,000 ਰੁਪਏ ਦੇ ਸਤਾਈ ਪੀਸ 25,000 ਰੁਪਏ ਦੇ ਡੱਬ ਵਾਲਾ ਜੋਰਾ ਓਰਿਜਿਨਲ ਕੁਆਲਿਟੀ ਦੇ ਅੰਦਰ ਦੋਸਤੋ ਬਾਂਕਾ ਜੋਰਾ ਚੈੱਕ ਕਰੋ ਦੋਸਤੋ ਆਖਦੇ ਜ਼ਰੇ ਨਹੀਂ ਮਾਨ ਉਸਤਾਦ ਜੀ ਚੂਹਾ ਕਬੂਤਰ ਬਟੇਰੀ ਮਾਦੀ ਚੈੱਕ ਕਰੋ ਦੋਸਤੋ ਡੱਬ ਵਾਲਾ ਜੋਰਾ ਉਸਤਾਦ ਜੀ ਜੀ 7,000 ਰੁਪਏ ਦਾ ਜੋਰਾ ਦੋਸਤੋ ਭਾਈ ਉਹ ਡੱਬ ਵਾਲਾ ਉਸਤਾਦ ਤਨਵੀਰ ਸਾਹਿਬ ਕੇ ਪਾਸ ਆਏ ਜੀ ਕਾਫੀ ਭਾਈਓ ਕੀ ਡਿਮਾਂਡ ਹੋਤੀ ਹੈ ਕਿ ਉਸਤਾਦ ਜੀ ਕੇ ਪਾਸ ਜਾਇਆ ਕਰੇ ਦੋਸਤ ਸਲਾਮ ਅਲੈਕੁਮ ਵਾਲੇਕੁਮ ਅਸਲਾਮ ਬੇਟਾ ਕਿਆ ਹਾਲ ਠੀਕ ਹੋ ਜੀ ਅੱਲਾ ਦਾ ਸ਼ੁਕਰ ਉਸਤਾਦ ਜੀ ਕਬੂਤਰ ਵੀ ਉਸਤਾਦੀ ਕਬੂਤਰ ਲੈ ਕੇ ਆਉਂਦੇ ਉਸਤਾਦ ਜੀ ਕੀ ਅੱਜ ਦਿਖਾ ਰਹੇ ਹੋ ਅੱਜ ਹਮਲਾ ਬੜਾ 2 ਲਾਟਾਂ ਨੇ ਐਸੀਆਂ ਟਾਪ ਕਲਾਸ ਦੀਆਂ ਤੇ ਬੜੇ ਮੁਨਾਸਿਬ ਰੇਟ ਤੇ ਮੇਲਾ ਲੋਟ ਲੋਟ ਕਰ ਦੇ ਅੱਛਾ ਜੀ ਇੱਕ ਲਾਟ ਹੈਗੀ ਹੈ 600 ਰੁਪਏ ਪਰ 2,00,000 ਸ਼ੌਕ ਨੂੰ ਮੁਨਾਸਿਬ ਰੇਟਾਂ ਤੇ ਲੈ ਕੇ ਆਉਣਾ ਠੀਕ ਹੈ ਜੀ ਤਾਂ ਕਿ ਹਰ ਭਾਈ ਦੀ ਸਮਝ ਦੇ ਵਿੱਚ ਆਵੇ ਕਿ ਯਾਰ ਕਬੂਤਰ ਕਿਸ ਲੈਵਲ ਦੇ ਹੈਗੇ ਨੇ ਤੇ ਸਾਡੇ ਨਾਲ ਸਾਡੇ ਉਸਤਾਦ ਜੀ ਤਾਵਨ ਕਰ ਰਹੇ ਨੇ ਠੀਕ ਹੈ ਸਾਡੇ ਨਾਲ ਮੁਹੱਬਤ ਕਰ ਰਹੇ ਨੇ ਕਿ ਸਾਡੀ ਗੱਲਬਾਤ ਮੰਨ ਕੇ ਸਾਡੇ ਨਾਲ ਤਾਵਨ ਕਰਦੇ ਨੇ ਕਿ ਹਮਜ਼ਾ ਬੇਟਾ ਗੱਲ ਹੀ ਕੋਈ ਨੀ ਜਿਹੜੇ ਸਾਡੇ ਦੋਸਤ ਹੈਗੇ ਨੇ ਇਹਨਾਂ ਦੇ ਦੋਸਤ ਹੈਗੇ ਨੇ ਠੀਕ ਹੈ ਉਹਨਾਂ ਦੋਸਤਾਂ ਭਾਈਆਂ ਵਾਸਤੇ ਮੁਹੱਬਤ ਕਰੀ ਦੀ ਹੈ ਤੇ ਵੱਡੀਆਂ ਲਾਟਾਂ ਤੇ ਜਿਹੜਾ ਭਾਈ ਨਵੀਂ ਗੇਮ ਲੈਣਾ ਚਾਹੁੰਦਾ ਨਵਾਂ ਸ਼ੌਕੀਨ ਹੈਗਾ ਉਹ ਇਸ ਚੀਜ਼ ਤੋਂ ਬਹੁਤ ਜ਼ਿਆਦਾ ਫਾਇਦਾ ਉਠਾ ਸਕਦਾ ਤੇ ਸ਼ੌਕ ਦਾ ਆਗਾਜ਼ ਕਰਨੇ ਆ ਲੈ ਜੀ ਦੋਸਤੋ ਭਾਈਓ ਮਾਸ਼ਾਅੱਲਾ ਸੇ ਬਾਰਿਸ਼ ਹੀ ਕਰ ਦਿਆ ਉਸਤਾਦ ਜੀ ਨੇ ਉਸਤਾਦ ਜੀ 400 ਕਬੂਤਰ ਦਾ ਸੈਟਅਪ ਲੈ ਕੇ ਆਏ ਨੇ ਵੱਡੀ ਤਾਦਾਦ ਦੇ ਵਿੱਚ ਸੈਟਅਪ ਚੁੱਕ ਕੇ ਲਿਆਏ ਨੇ ਤੇ ਵੱਡੀ ਤਾਦਾਦ ਦੇ ਭਾਈਆਂ ਦੇ ਅੱਗੇ ਲਾ ਰਹੇ ਨੇ ਕਬੂਤਰ ਦੇਖ ਲਓ 600 ਪਰ ਬਿਲਕੁਲ ਮੁਫਤ ਹੈਗੇ ਨੇ ਉਸਤਾਦ ਜੀ ਵਿੱਚ ਡੱਬ ਵਾਲੇ ਵਿੱਚ ਮਾਸ਼ਾਅੱਲਾ ਚੈੱਕ ਕਰੋ ਦੋਸਤੋ ਭਾਈਓ ਕਸੂਰੀ ਕਬੂਤਰ ਵਿੱਚ ਗੋਲਡਨ ਕਬੂਤਰ ਰਾਮਪੁਰੀ ਵੀ ਵਿੱਚ ਲਗਾ ਫਿਰਦਾ ਪਿਆ ਜੇ ਇਹ ਸਿਰਫ 600 ਰੁਪਏ ਬਰ ਨੇ ਭਾਵੇਂ ਇਹਨੂੰ ਡਾਲੋ ਤੇ ਭਾਵੇਂ ਬੱਚਿਆਂ ਚ ਪਾ ਲਓ ਦੋਵੇਂ ਕੰਮ ਕਰਨਗੇ ਤਾਜੀ ਇਹਨਾਂ ਦੇ ਵਿੱਚ ਤਕਰੀਬਨ ਆਲਮੋਸਟ ਅੱਧੇ ਪਰਿੰਦਿਆਂ ਦੀ ਤੁਸੀਂ ਪ੍ਰਵਾਸ ਲੈ ਸਕਦੇ ਹੋ ਅੱਧੇ ਪਰਿੰਦੇ ਤੁਸੀਂ ਬਰੀਡਿੰਗ ਚ ਲਗਾ ਸਕਦੇ ਹੋ ਜੀ ਜੀ ਬਿਲਕੁਲ ਸ਼ੁਕਰੀਆ ਇਹ ਵੇਖੋ ਦੋਸਤੋ ਭਾਈਓ ਕੈਸੇ ਕੈਸੇ ਯੂਨੀਕ ਪਰਿੰਦੇ ਨੇ ਵੱਡੀ ਤਾਦਾਦ ਹੈ ਲੇਕਿਨ ਰੇਟ ਇੰਨਾ ਕੁ ਮੁਨਾਸਿਬ ਹੈਗਾ ਕਿ ਅਗਰ ਤੁਸੀਂ 4 ਜੋੜੇ ਖਰੀਦਦੇ ਹੋ ਨਾ ਤੇ ਇੰਨੇ ਦੇ ਆਣਗੇ ਜਿੰਨੇ ਆ 50 ਤੋਂ ਉੱਤੇ ਕਬੂਤਰ ਹੈਗੇ ਨੇ ਹਾਂਜੀ 55 60 ਦੇ ਲਾਗੇ ਕਬੂਤਰ ਰਹੇ 50 ਦੇ 60 ਦੇ ਵਿੱਚ 55 60 ਦੇ ਵਿੱਚ 55 ਹੀ ਕਹਿ ਲਓ ਉਸਤਾਦ ਜੀ 2 ਜਾਂ 3 ਹੋ ਰਹੇ ਨੇ ਜਿੰਨੇ ਦੇ ਕਿਸੇ ਨੇ 4 ਜੋੜੇ ਖਰੀਦਨੇ ਨੇ ਉਹਨੇ ਦੇ ਸਾਰੇ ਖਰੀਦ ਲਵੇ ਯਾਰ ਮੈਂ ਕਹਿੰਦਾ ਮਜ਼ਾ ਆਏਗਾ ਸ਼ੌਕ ਦਾ ਇਨਸ਼ਾਅੱਲਾ ਜੀ ਉਸਤਾਦ ਜੀ ਇਹਦਾ ਸ਼ੌਕ ਰੋ ਮੈਂ ਕਹਿੰਦਾ ਇਕੱਲਾ ਕਬੂਤਰ ਹੀ ਬੜਾ ਯੂਨੀਕ ਹੈਗਾ ਇਹਦੇ ਨਾਲ ਦੇ ਕਿੰਨੇ ਹੀ ਹੈਗੇ ਨੇ ਇਹ ਵੇਖੋ ਦੋਸਤੋ ਭਾਈਓ ਉਸਤਾਦ ਜੀ ਤੁਸੀਂ 600 ਚ ਲਾਤੇ ਨੇ ਤੇ ਸਵਾਲ ਇੱਥੇ ਹੈਗਾ ਕਿ ਤੁਸੀਂ ਇਹਦੇ ਚ ਕੀ ਕਮਾ ਰਹੇ ਹੋ ਪਰ ਦਿਖਾਣਾ ਮੈਂ ਹਾਂਜੀ ਭਾਈ ਜੀ ਨੇ ਸਮਝ ਲਓ ਭਾਅ ਦੇ ਭਾਈ ਦੇ ਰਹੇ ਆ
ਰੇਟੋ ਰੇਟ ਦੇ ਰਹੇ ਹੋ? ਕਿਉਂਕਿ ਦੋਸਤੋ ਬਾਈ ਹੁਣ 600 ਰੁਪਏ ਪਰ ਤੂੰ ਥੱਲੇ ਕੀ ਆਉਂਦਾ ਜੇ ਪੰਕੇ ਯਾਰ ਤਾਂ ਜੀ ਦੋਸਤਾਂ ਨੇ ਤੁਹਾਨੂੰ ਯਕੀਨ ਕਰੋ ਸੌਣ ਨੀ ਦੇਣਾ ਤੇ ਟਿਕਟੇ ਉੱਤੇ ਇਹਨਾਂ ਦੀ ਜਦੋਂ ਵੀਡੀਓ ਲੱਗ ਜਾਣੀ ਹੈ ਨਾ ਤੇ ਫੇਰ ਤੁਹਾਡਾ ਜਾਗਣਾ ਪੱਕਾ। ਸਾਰੇ ਇੱਕ ਲੈਵਲ ਦੇ ਕਬੂਤਰ ਛਾਂਡੀ ਵਾਲਾ ਕੰਮ ਕੋਈ ਛਾਂਡੀ ਵਾਲੇ 3000 ਰੁਪਏ ਪਰ ਮਿਲੇਗਾ ਬਾਅਦ ਚੋਂ ਨਾ ਇਤਰਾਜ਼ ਕੀਤਾ ਜਿੰਨੇ ਮਰਜ਼ੀ ਦਾ ਲੈਣਾ ਹੈ ਸਿਲੈਕਸ਼ਨ ਦੇ ਮੁਤਾਬਕ। ਪਹਿਲਾ ਸਵਾਲ ਤੇ ਲਾਡ ਇਕੱਠੀ ਦੇਣੀ ਹੈ ਲਾਡ ਸਾਰੀ ਮਾਸ਼ਾਅੱਲਾ ਮਜ਼ਾ ਕਰਨਾ ਬੰਦਾ ਭਾਈ ਲੈ ਜੀ ਲਾਡ ਮਾਸ਼ਾਅੱਲਾ 5-6 ਡੱਬੇ ਬਣ ਜਾਣੇ ਨੇ ਚੈੱਕ ਕਰੋ ਤਰੀਫ ਵੇਖ ਲੋ ਰੇਟ ਤੇ ਕਰ ਰਿਹਾ ਐਡੇ ਸਸਤੇ ਨਾਲ ਤੇ ਤਰੀਫ ਬਣਦੀ ਹੈ ਕਿਉਂ ਜੀ ਉਸਤਾਦ ਜੀ ਐਡੇ ਸਸਤੇ ਨਾਲ ਤੇ ਤਰੀਫ ਬਣਦੀ ਹੈ ਫਿਰ ਮੈਂ ਤੁਹਾਡੀ ਮਿਹਨਤ ਨੂੰ ਸਲੂਟ ਪੇਸ਼ ਕਰਨਾ ਕਬੂਤਰ ਵੀ ਵਿਖਾਓ ਮਾਸ਼ਾਅੱਲਾ 600 ਦੇ ਵਿਚ ਲਾਤਾ ਜੀ ਹਲਾਕੂ ਕਬੂਤਰ ਹੈ ਦੋਸਤੋ ਹਲਾਕੂ ਕਬੂਤਰ ਤੇ ਸੇਮਟੀ ਅੱਖ ਦੇ ਵਿਚ ਬਾਈ ਜੀ ਜਿਹੜਾ ਕਬੂਤਰ ਕਹੋਗੇ ਤੁਹਾਨੂੰ ਸ਼ੋਕ ਕਰਾ ਦਾਂਗੇ ਮਾਸ਼ਾਅੱਲਾ ਮਜ਼ਾ ਆ ਗਿਆ ਸ਼ੋਕ ਦਾ ਤੁਹਾਨੂੰ ਅੱਜ ਤੇ ਕਹਿਣਾ ਪੈ ਗਿਆ ਕਿ ਉਸਤਾਦ ਤਨਵੀਰ ਛਾ ਗਿਆ ਜਿਸ ਤਰ੍ਹਾਂ ਦਾ ਸ਼ੌਕ ਇਸ ਵਾਰੀ ਕਰਾਤਾ ਤੇ ਇਸ ਤੋਂ ਬਾਅਦ ਅਗਲੀ ਲਾਟ ਉਸਤਾਦ ਜੀ ਦੋਸਤੋ ਬਾਈ ਸਾਰੇ ਪਰਿੰਦੇ ਯਾਲਾ ਨੇ ਮੈਂ ਤੁਹਾਨੂੰ ਫੇਰ ਤੂੰ ਕਹਿ ਰਿਹਾ ਇਹ ਵੇਖੋ ਫਿਰੋਜ਼ਪੁਰੀ ਕਬੂਤਰ ਵੀ ਵੇਚਿਆ ਹੈਗਾ ਜੀ ਇਹਨਾਂ ਚ ਐਸਾ ਇਸ ਲੈਵਲ ਦੇ ਕਬੂਤਰ ਨੇ ਕਿ ਅਗਰ ਜਰਾ ਮਰਜ਼ੀ ਵੇਖ ਲਓ 1000 ਤੋਂ ਉੱਤੇ ਹੀ ਹੈਗੇ ਨੇ 1000 ਤੋਂ ਥੱਲੇ ਵਾਲਾ ਕੋਈ ਵੀ ਨਹੀਂ ਹੈਗਾ ਚੱਪਰਾ ਕਬੂਤਰ ਵੀ ਵਿੱਚੇ ਲਾਤਾ ਉਸਤਾਦ ਜੀ ਉਸਤਾਦ ਜੀ ਮੈਂ ਤੇ ਆਹੀ ਕਹਾਂਗਾ ਕਿ 5-7 ਜੋੜੇ ਇੰਨੇ ਚ ਨਿਕਲਦੇ ਜਿੰਨੇ ਚ ਤੁਸੀਂ ਇਹ ਸਾਰੇ ਕਰਦੇ ਨੇ ਇਨਸ਼ਾਅੱਲਾ ਬਾਕੀ ਦੋਸਤਾਂ ਨੂੰ ਅਗਲੀ ਲਾਟ ਦਿਖਾਨੇ ਆ ਲਾਟਾਂ ਦੋਸਤੋ ਬਾਈਓ ਇਸ ਤਰ੍ਹਾਂ ਹੀ ਮੁਹੱਬਤ ਆ ਲੀਆਂ ਨੇ ਇਹ ਦੂਸਰੀ ਲਾਟ ਆ ਗਈ ਦੋਸਤੋ ਚੈੱਕ ਕਰੇ ਮਾਸ਼ਾਅੱਲਾ ਇਹ ਵੀ ਬਰੀਡਰ ਲਾਟ ਹੈ ਜੈਸੇ ਕਿ ਭਾਈਓ ਕੋ ਮੈਨੇ ਸਟਾਰਟ ਮੇ ਕਹਿ ਕਿ ਜੋ ਭਾਈ ਨਿਆ ਸੈਟਅਪ ਲਗਾ ਰਹੇ ਜੋ ਨਏ ਸ਼ੌਕੀਨ ਭਾਈ ਹੈ ਉਨ ਭਾਈਓ ਕੇ ਲੀਏ ਬਹੁਤ ਹੀ ਪਿਆਰ ਮੁਹੱਬਤੋਂ ਵਾਲੇ ਰੇਟ ਮੇ ਆਲਾ ਕੁਆਲਿਟੀ ਕੀ ਚੀਜ਼ ਹੈ ਦੋਸਤੋ ਭਾਈ ਔਰ ਕਲਰ ਚੈੱਕ ਕਰੇ ਮਾਸ਼ਾਅੱਲਾ ਕਲਰ ਪ੍ਰਿੰਟ ਚੈੱਕ ਕਰੇ ਇਨਕੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਯੇ ਜ਼ਿਆਦਾ ਅਕਸਰੀਅਤ ਕੇ ਅੰਦਰ 99% ਟੈਡੀ ਕਬੂਤਰ ਹੈ ਐਸੇ ਕਿ ਉਸਤਾਦ ਜੀ ਸਾਰੇ ਆਲ ਟੂ ਆਲ ਟੈਡੀ ਕਬੂਤਰ ਹੈ ਆਲ ਟੂ ਆਲ ਟੈਡੀ ਮਹਿਰੋਂ ਵਾਲੇ ਚੌਧਰੀ ਵਾਲੇ ਮਿੱਸੇ ਕਬੂਤਰ ਵੀ ਹੈ ਸ਼ੌਕ ਰੱਖਦਾ 5-4 ਕਬੂਤਰੋਂ ਕਾ ਆਪਕੋ ਚੈੱਕ ਕਰਨ ਦੋਸਤੋ ਭਾਈ ਆਂਖੇ ਪਿਆਜ਼ੀ ਰਿੰਗ ਪਰ ਕਾ ਸ਼ੌਕ ਕਰੇ ਸਲਾਰੇ ਡੈਡੀ ਵੀ ਬੀਚ ਸ਼ਾਨ ਡੈਡੀ ਵੀ ਇਹ ਦੂਸਰੇ ਨੰਬਰ ਕੇ ਉੱਪਰ ਸ਼ੌਕ ਕਰੇ ਜੀ ਦੋਸਤੋ ਉਸਤਾਦ ਜੀ ਨੀਲਾ ਡੈਡੀ ਜੀ ਜੀ ਮਹਿਰੋਂ ਵਾਲਾ ਹੈ ਤੇ ਮਹਿਰਾਂ ਵਾਲਾ ਲੇਕਿਨ ਕਲਰ ਦੇਖ ਲਓ ਦੋਸਤੋ ਭਾਈਓ ਅੱਛੀ ਕੁਆਲਿਟੀ ਦੇ ਕਬੂਤਰ ਨੇ ਯਾਰ ਮਿੱਸੇ ਕਬੂਤਰ ਸ਼ੋਅ ਕਰਾਉਂਦੇ
ਇਹ ਮਿੱਛਾ ਕਬੂਤਰ ਮਿੱਛੇ ਕਬੂਤਰ ਸ਼ੋਕ ਕਰੇ। ਤਾਜ ਬਹੁਤ ਆਲਾ ਕਬੂਤਰ, ਅਗਰ ਕੋਈ ਭਾਈ ਉਡਾ ਵੀ ਲਏਗਾ ਨਾ ਤੇ ਜਿੰਨ ਕਬੂਤਰ ਹੈ। ਆਹ ਬੱਚਿਆਂ ਵਾਲੇ ਕਬੂਤਰ ਉਡਾਉਣਾ ਦਾ ਕੀ ਹੈ? ਮੈਂ ਵੈਸੇ ਗੱਲ ਕਰ ਰਿਹਾ ਕਿ ਇਸ ਲੈਵਲ ਦਾ ਕਬੂਤਰ ਨੇ ਕਿ ਖਾਲੀ ਇਨਸਾਨ ਢਾਡੀ ਮਾਦੀ ਦੇ ਨਾਲ ਲੱਗ ਜਾਓ। ਉਸਤਾਦ ਜੀ ਕੈਸਾ ਚੋਰਾ ਹੈ ਹਮਜ਼ਾ ਬੇਟਾ, ਇਸ ਤਰ੍ਹਾਂ ਕਬੂਤਰਾਂ ਕੇ ਆਪਕੋ ਮਜ਼ਾ ਆਏਗਾ ਜੀ। ਦੇਖੇ ਮਾਸ਼ਾ ਅੱਲਾਹ ਵਾਈਟ ਬਿਲ ਕੋ ਆਂਖੇ ਹੈ ਇਸਕੀ, ਚੋਰੀ ਸਾਹਿਬ ਵਾਲੀ ਮਾਦੀ ਹੈ ਜੀ। ਠੀਕ ਇਹ ਵੀ ਬੜੇ ਮੁਨਾਸਿਬ ਰੇਟ ਮੈਂ ਚੈੱਕ ਕਰ ਰਹੇ ਦੋਸਤੋ ਭਾਈਓ। ਸਰ ਇੱਕ ਹਜ਼ਾਰ ਰੁਪਏ ਪਰ ਹਮਜ਼ਾ ਬੇਟਾ, ਹਜ਼ਾਰ ਰੁਪਏ ਪਰ, ਇੱਕ ਹਜ਼ਾਰ ਰੁਪਏ ਪਰ ਸਿਰਫ। ਕਿਤਨੇ ਪੀਸ ਆ ਉਸਤਾਦ ਜੀ? ਇਹ ਪੀਸ ਹੈ ਇਹ 4, 3, 7, 8, 9, 10, 11, 12, 13, 14, 15, 16, 17, 18, 19, 21, 22, 23 ਪੀਸ ਹੈ ਜੀ। 23 ਪੀਸ ਹਜ਼ਾਰ ਰੁਪਏ ਪਰ ਜੀ ਜੀ, 23,000 ਇਨਕਾ ਰੇਟ ਬਣ ਗਿਆ ਦੋਸਤੋ। ਕਬੂਤਰ ਦੇਖ ਲਓ ਆਪਕੇ ਸਾਹਮਣੇ ਮਾਸ਼ਾਅੱਲਾ, ਕਿਆ ਬਾਤ ਹੈ। ਇਹ ਦੇਖ ਲੈਣ ਦੋਸਤੋ ਭਾਈ, ਸਭ ਕੋ ਉੱਪਰ ਕੈਮਰਾ ਮਾਰੋ, ਠੀਕ ਹੈ ਜੀ। ਇਹ ਦੇਖ ਲੈ, 1,000 ਰੁਪਏ ਪਰ ਉਸਤਾਦ ਜੀ ਨੇ ਮੁਨਾਸਿਬ ਰੇਟ ਲਗਾਇਆ, ਠੀਕ ਹੈ ਜੀ। ਉਸਤਾਦ ਜੀ ਇਹਨਾਂ ਚ ਮਾਦੀਆਂ ਕਿੰਨੀਆਂ ਤੇ ਨਰ ਕਿੰਨੇ ਨੇ? ਇੱਕ ਵਾਰੀ ਬਰਾਬਰ ਹੀ ਗਏ ਨੇ, ਮਾਦੀਆਂ ਜ਼ਿਆਦਾ ਹੈਗੀਆਂ ਨੇ। ਇੱਕ ਅੱਧੀ ਮਾਦੀ ਜ਼ਿਆਦਾ ਹੋ ਸਕਦੀ ਹੈ, ਇੱਕ ਨੂੰ 3-4 ਮਾਦੀਆਂ ਜ਼ਿਆਦਾ ਨੇ। ਅੱਛਾ, 3-4 ਮਾਦੀਆਂ ਜ਼ਿਆਦਾ ਹੋ ਗਈ। 1,000 ਰੁਪਏ ਪਰ ਚੈੱਕ ਕਰ ਲਓ ਦੋਸਤੋ ਭਾਈਓ, ਮੋਤਾਂ ਵਾਲਾ ਰੇਟ। ਇਸਕੇ ਬਾਅਦ ਇੱਕ ਲਾਟ ਹੋ ਰਿਹਾ ਉਸਤਾਦ ਜੀ, ਲਾ ਰੱਖੋਗੀ ਬੜੀ ਟਾਪ ਕਲਾਸ ਦੀ ਲਾਟ ਹੋਊਗੀ। ਸਹੀ ਹੋ ਗਿਆ। ਇਹ ਤੀਸਰੀ ਲਾਟ ਆ ਗਈ ਆ ਦੋਸਤੋ, ਚੈੱਕ ਕਰੇ ਮਾਸ਼ਾਅੱਲਾ, ਕਿਆ ਬਾਤ ਹੈ ਜੀ। ਤੋ ਦੋਸਤੋ ਭਾਈਓ ਚੈੱਕ ਕਰੇ, ਇਹ ਲਾਲ ਅੱਖਾਂ ਵਾਲੇ ਪਰਿੰਦੇ ਉਸਤਾਦ ਜੀ ਨੇ ਹਮੇ ਟਾਪ ਕਲਾਸ ਦਾ ਕਬੂਤਰ ਬਣਾਇਆ ਬੜਾ ਜੀ, ਬੜੇ ਮਾਸੇ ਰੇਟ ਮੈਂ। ਇਹ 27 ਪੀਸ ਹੈ, 27 ਪੀਸ 25,000 ਰੁਪਏ ਕੇ, 27 ਪੀਸ 25,000 ਰੁਪਏ ਕੇ। ਉਸਤਾਦ ਜੀ ਨੀਲਾ ਕਬੂਤਰ ਕੱਲੇ ਮੇਰੇ ਖਿਆਲ ਚ 5,000 ਵਾਲਾ ਫਿਰਦਾ ਪਿਆ ਬਖਾਨਾ, ਕੱਦਾਂ ਨਹੀਂ ਬੜੇ ਬੜੇ ਵਿੱਚ ਫੰਨੇ ਖਾਨ ਕਬੂਤਰ ਹੈਗੇ ਨੇ, ਫੰਨੇ ਖਾਨ ਕਬੂਤਰ ਨੇ। ਚੈੱਕ ਕਰੋ ਦੋਸਤੋ ਭਾਈਓ, ਵੈਸੇ ਤੁਹਾਨੂੰ 27 ਕਬੂਤਰ 25,000 ਰੁਪਏ ਦੇ ਆਪ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਤੁਸੀਂ ਵੀ ਮਾਸ਼ਾਅੱਲਾ ਕਿਹਾ ਕਰੋ ਦੋਸਤੋ, ਤੁਹਾਡੇ ਵਾਸਤੇ ਸ਼ੌਕ ਹੈ ਕਿਉਂ ਜੀ ਉਸਤਾਦ ਜੀ? ਹਾਂਜੀ ਬਿਲਕੁਲ ਮਾਸ਼ਾਅੱਲਾ ਸੇ ਚੈੱਕ ਕਰੇ ਦੋਸਤੋ, ਮੁਨਾਸਿਬ ਰੇਟ ਮੈਂ ਟਾਪ ਕਲਾਸ ਦੇ ਕਬੂਤਰ ਆਪਕੋ ਸ਼ੋ ਕਰਾਤਾ ਹੂੰ ਇਨਸ਼ਾਅੱਲਾ ਮਦਦ। ਇਹ ਮੀਆਂ ਸਾਹਿਬ ਵਾਲੇ ਕਬੂਤਰ ਹੈ ਮਾਸ਼ਾਅੱਲਾ ਗੋਲਡਨ। ਉਸਤਾਦ ਜੀ ਲਾਟਾਂ ਚ ਫਿਰ ਐਂਡ ਹੀ ਕਰ ਜਾਂਦੇ, ਮੈਂ ਤੇ ਸਪੈਸ਼ਲ ਤੁਹਾਡੇ ਕੋਲ ਆਨੇ ਲਾਟ ਵਾਸਤੇ ਆ। ਆ ਦੇਖੋ ਬਾਸ਼ ਹੋਰ ਬਹਾਨੇ ਤੁਹਾਨੂੰ ਬਈ, ਇਹ ਜ਼ੀਰਾ ਕਮੱਗਰ ਕਬੂਤਰ ਹੈ ਦੋਸਤੋ, ਚੈੱਕ ਕਰੋ ਮਾਮਦੀਨ ਕਬੂਤਰ। ਉਸਤਾਦ ਜੀ ਮੈਂ ਤੇ ਕਹਿੰਦਾ 3,000 ਸਾਡੇ ਕੋਲ ਫੰਡੋ ਆਇਆ, ਇਹ ਵੀ ਤੇਰੇ ਹੀ ਨੇ ਪੁੱਤਰ ਸਾਰੇ ਅੱਗੇ ਵੀ। ਅੱਜ ਤੁਹਾਡੀ ਮੁਹੱਬਤ ਹੀ ਚੈੱਕ ਕਰਨੀ ਸੀ, ਆ ਬਾਕੀ ਜਿਹੜੇ ਭਾਈਆਂ ਦੇ ਕੋਲ ਜਾਣਗੇ ਇਹ ਉਹਨਾਂ ਦੇ ਹੈਗੇ ਨਾ ਦੋਸਤੋ, ਚੈੱਕ ਕਰੋ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਉਸਤਾਦ ਜੀ ਕੀ ਇਹਦੀ ਆਖੇ ਮੋਤੀ ਰੱਖਿਆ ਜੇ? ਮੈਂ ਕਹਿੰਦਾ ਬਾਦਸ਼ਾਹ ਸਾਰੇ ਬਲੀਡਰ ਕਬੂਤਰ ਨੇ, ਠੀਕ ਹੈ ਤੇ ਰੇਟ ਵੇਖੋ ਤੁਸੀਂ ਪਰਵਾਜ਼ੀ ਰੇਟ। ਹਾਂ ਮਾਸ਼ਾਅੱਲਾ ਚੈੱਕ ਕਰੋ ਦੋਸਤੋ, ਕੱਲੀ ਮਾਦੀ 5,000 ਰੁਪਏ ਦੀ ਹਮਜ਼ਾ ਬੇਟਾ। ਚਲੋ ਸਾਰੇ ਇੱਕ ਲੈਵਲ ਕੇ ਯਾਰ, ਕਿਆ ਸ਼ੋ ਕਰਾਉਣਾ, ਛੋੜ ਦੋ ਯਾਰ। ਮਾਸ਼ਾਅੱਲਾ ਚੈੱਕ ਕਰੋ ਉਸਤਾਦ ਜੀ, ਅੱਜ ਤੇ ਕਿਸੇ ਨੂੰ ਚੰਗਾ ਮੋਛਾ ਪਾ ਕੇ ਲਿਆਇਓ। ਮੈਂ ਕਹਿੰਦਾ ਪਿਆ ਕਿ ਮੋਛਾ ਸਾਨੂੰ ਹੀ ਪੈਣਾ ਪੈਣਾ ਅੱਗੇ। ਚੈੱਕ ਕਰੋ ਦੋਸਤੋ ਕਿੰਨੇ ਪੀਸ ਦੱਸੇ ਨੇ ਉਸਤਾਦ ਜੀ? ਇਹ ਭਾਈ ਨੇ 27 ਪੀਸ ਨੇ 25,000 ਰੁਪਏ ਦੇ। 27 ਪੀਸ 25,000 ਰੁਪਏ ਦੇ? ਉਸਤਾਦ ਜੀ ਕਿਸ ਤਰ੍ਹਾਂ ਪਰ ਪੈ ਗਏ? 950। 950 ਤੇ ਅਗਰ ਮੈਂ ਕਹਾਂ ਪੂਰਾ 900 ਹੀ ਕਰ ਦੋ? 54 ਨੂੰ ਘੱਟ ਕਰਨੀ, ਮੁਫਤ ਅੱਗੇ ਨੁਕਸਾਨ ਹੋਇਆ, 50 ਰੁਪਏ ਤੋਂ ਭਰਾ ਕੇ ਦਿੱਤੇ ਨੇ।
ਉਸਤਾਦ ਜੀ ਵੇਖ ਲੋ ਮੈਂ ਤੇ ਸੋਚਿਆ ਕਿ ਚਲੋ ਉਸਤਾਦ ਜੀ ਮੇਰੇ ਸਾਥ ਕੀ ਨਹੀਂ ਕਰ ਦਿੰਦਾ ਮਿਹਨਤ ਕਰ ਅੱਛੇ ਕਬੂਤਰ ਲਾ ਰਹੇ ਹੋ ਤਦਾਦ ਦੇ ਰਹੇ ਹੋ ਫਿਰ ਤਦਾਦ ਚ ਰੇਟ ਉਸਤਾਦ ਜੀ ਦੇ ਕੋਲੋਂ ਘੱਟ ਕਰਾਣੇ ਪਏਗਾ ਤੁਹਾਨੂੰ ਉਸਤਾਦ ਜੀ ਦੇ ਜੋੜੇ ਦਿਖਾਨੇ ਆ ਦੋਸਤੋ ਵੀਡੀਓ ਕਾਫੀ ਲੰਮੀ ਹੋ ਗਈ ਹੈ ਇਹ ਫਸਟ ਪੇਅਰ ਆ ਦੋਸਤੋ ਭਾਈ ਉਹ ਸ਼ੋਕ ਕਰੇ ਮਾਸ਼ਾਅੱਲਾ ਕਿਆ ਬਾਤ ਹੈ ਜੀ ਡੱਬਲ ਡੱਬਲ ਆ ਜੋ ਰਹਿ ਓਰਿਜਿਨਲ ਕੁਆਲਿਟੀ ਦੇ ਅੰਦਰ ਦੋਸਤੋ ਇਹ ਮੇਲ ਆ ਦੋਸਤੋ ਸ਼ੋਕ ਕਰੇ ਮਾਸ਼ਾਅੱਲਾ ਨਰ ਚੈੱਕ ਕਰੇ ਸਾਈਜ਼ ਦੇਖਾਂ ਖੋਪਰ ਚੈੱਕ ਕਰੇ ਇਸਕੀ ਆਂਖ ਦੇਖਾਂ ਦੋਸਤੋ ਮਾਸ਼ਾਅੱਲਾ ਗੁਲਾਬੀ ਪਲਕੋਂ ਮੈਂ ਪਰ ਕਾ ਸ਼ੋਕ ਕਰੇ ਦਸਵੀਂ ਗਲੀ ਆ ਰਹੀ ਹੈ ਬਗਲ ਦੇਖੇ ਯੇ ਇਸਕੀ ਦੁਮ ਔਰ ਯੇ ਇਸਕੇ ਪੰਜੇ ਡੱਬਲ ਹੀ ਮੱਤ ਦੇ ਸ਼ੋਕ ਕਰੋ ਭਾਈ ਮਾਸ਼ਾਅੱਲਾ ਮਾਦੀ ਚੈੱਕ ਕਰੋ ਨਰ ਦਿਖਾਇਆ ਮਾਦੀ ਨਰ ਤੋਂ ਵੀ ਅੱਗੇ ਇਸਕੀ ਆਂਖ ਚੈੱਕ ਕਰੇ ਦੋਸਤੋ ਜ਼ਰਾਤ ਵਾਲੀ ਆਂਖ ਹੈ ਔਰ ਬਿਲਕੁਲ ਜਾਇਜ਼ ਔਰ ਮੁਨਾਸਿਬ ਸੇ ਰੇਟੋ ਮੈਂ ਦੇਂਗੇ ਪਰ ਕਾ ਸ਼ੋਕ ਕਰੇ ਤੁਮ ਦੇਖੇ ਔਰ ਯੇ ਇਸਕੇ ਪੰਜੇ ਉਸਤਾਦ ਜੀ ਅੱਜ ਲਾਟਾਂ ਐਨ ਤੋਂ ਲੈਵਲ ਦੀਆਂ ਲਾ ਤੀਆਂ ਜੋਰੇ ਵੀ ਤੁਹਾਡੇ ਕੋਲ ਕਮਾਲ ਦੇ ਨੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੇ ਹਾਂਜੀ ਉਸਤਾਦ ਜੀ ਕੀ ਪਿਆਰ ਮੈਂ ਬਤਾ 8000 ਰੁਪਏ ਦਾ ਪਾਇਆ 8000 ਰੁਪਏ ਦਾ ਉਸਤਾਦ ਜੀ ਕਿਆ ਬਾਤ ਹੈ ਜੀ ਡੱਬ ਵਾਲਾ ਜੋੜਾ ਦੋਸਤੋ ਭਾਈ ਉਹ 8000 ਰੁਪਏ ਦਾ ਉਸਤਾਦ ਜੀ ਨੇ ਜੋਰੇ ਵੀ ਅਖੀਰ ਦੇ ਲਾਣੇ ਨੇ ਸ਼ੋਕ ਐਂਡ ਤਗਰ ਕਰਨਾ ਆ ਭਾਈ ਕੋ ਅਗਲਾ ਪਿਆਰ ਦਿਖਾਤੇ ਆ ਚਲਨੀ ਫਿਰਨੀ ਦੇਖਣਾ ਦੋਸਤੋ ਇਹ ਦੂਸਰਾ ਪੇਅਰ ਉਸਤਾਦ ਜੀ ਜੋਰੇ ਵੀ ਅੰਤ ਲੈਵਲ ਦੇ ਮੈਂ ਕਹਿੰਦਾ ਨਸ਼ਾ ਕਾ ਵੇਖਿਆ ਇਹਦਾ ਜੋੜਾ ਬਾਂਕਾ ਵਾਲਾ ਮਾਸ਼ਾਅੱਲਾ ਬਾਂਕਾ ਜੋੜਾ ਚੈੱਕ ਕਰੋ ਦੋਸਤੋ ਇਹ ਨਾਰਾ ਦੋਸਤੋ ਬੇਟਾ ਹਮਾਰੇ ਬਚਪਨ ਕਾ ਯੇ ਕਬੂਤਰ ਹੈ ਆਪਕੀ ਜਵਾਨੀ ਕੇ ਕਬੂਤਰ ਹੈ ਯਕੀਨ ਕਰੋ ਜਿਸ ਮਰਜ਼ੀ ਕਬੂਤਰ ਨੂੰ ਟੱਚ ਕਰੋ ਇਨਕੋ ਉਸਤਾਦ ਜੀ ਇਹਨਾਂ ਦਾ ਰੂਪ ਹੀ ਵੱਖਰਾ ਹੈ ਜਿੱਥੇ ਵੀ ਕਬੂਤਰਬਾਜ਼ੀ ਹੈਗੀ ਅਗਰ ਇਹ ਕਬੂਤਰ ਨਹੀਂ ਹੈਗਾ ਤਾਂ ਮੈਂ ਕਬੂਤਰਬਾਜ਼ੀ ਨੂੰ ਦੂਰਾ ਹੀ ਕਹਾਂਗਾ ਕੀ ਖਿਆਲ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਲਾਲ ਅੱਖ ਤੋਂ ਬਗੈਰ ਕਬੂਤਰਬਾਜ਼ੀ ਅਧੂਰੀ ਹੈ ਇਸੇ ਤਰ੍ਹਾਂ ਫਿਰੋਜ਼ਪੁਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਦੁਮ ਦੇਖੇ ਮਾਸ਼ਾਅੱਲਾ ਸੇ ਪੰਜੇ ਦੇਖੇ ਸ਼ੋਕ ਕਰੇ ਨਸ਼ਾ ਕਾ ਵੇਖੋ ਕਬੂਤਰੀ ਆਪ ਇਹ ਮਾਤੀ ਆ ਦੋਸਤੋ ਚੈੱਕ ਕਰੇ ਮਾਸ਼ਾਅੱਲਾ ਕਿਆ ਬਾਤ ਹੈ ਜੀ ਪਲਕੇ ਦੇਖੇ ਇਸਕੀ ਅੱਖ ਦੇ ਜ਼ਰੇ ਨਹੀਂ ਮਾਨ ਉਸਤਾਦ ਜੀ ਤੇ ਰੇਟ ਦੋਸਤੋ ਭਾਈ ਉਹ ਸੁਣਨਾ ਤੇ ਤੁਸੀਂ ਕਹਿਣਾ ਕਿ ਬਾਕੀ ਰੇਟ ਦੀ ਪਰੇਸ਼ਾਨੀ ਹੋ ਗਈ ਜੋੜੇ ਦਾ ਮਾਸ਼ਾਅੱਲਾ ਪਰ ਕਾ ਸ਼ੋਕ ਕਰੇ ਦੋਸਤੋ ਇਹ ਦਸਵਾਂ ਪਰ ਨਿਕਾਰ ਰਿਹਾ ਮਾਤੀ ਉਸਤਾਦ ਜੀ ਆਲਮੋਸਟ ਪਰਿੰਦੇ ਕਰੀਸ਼ ਚ ਹੈਗੇ ਨੇ ਦੂਸਰੇ ਤੋਂ ਤੀਸਰੇ ਧਾਗੇ ਚ ਹੋਏਗੀ ਕੀ ਖਿਆਲ ਹੈ ਜੀ ਜੀ ਇਨਸ਼ਾਅੱਲਾ ਵੱਡੀ ਮਾਤੀ ਵੱਡੀ ਮਾਤੀ ਹੈ ਜੀ ਜੀ ਮਾਸ਼ਾਅੱਲਾ ਸੇ ਸਟੈਂਡਿੰਗ ਦੇਖਣ ਦੋਸਤੋ ਤੇ ਜੀ ਉਸਤਾਦ ਜੀ 15000 ਰੁਪਏ ਜੋੜਾ ਪਾ ਜੀ 15000 ਦਾ ਭਾਈ ਜਾਨ ਕੰਮ 1 ਰੁਪਿਆ ਨਹੀਂ ਕਿਸੇ ਕੰਮ ਦਾ ਲੈ ਲੈ ਆ ਇਹ ਦੁਕਾਨ ਤੋਂ ਆ ਭਾਈ ਨੂੰ ਅਗਲਾ ਪੇਅਰ ਦਿਖਾਤੇ ਆ ਇਹ ਤੀਸਰਾ ਪੇਅਰ ਆ ਦੋਸਤੋ ਸ਼ੌਕ ਕਰੇ ਚੂਹਾ ਕਬੂਤਰ ਭਾਈ ਜਾਨ ਔਰ ਬਟੇਰੀ ਮਾਦੀ ਚੂਹਾ ਕਬੂਤਰ ਬਟੇਰੀ ਮਾਦੀ ਚੈੱਕ ਕਰੋ ਦੋਸਤੋ ਮਾਸ਼ਾਅੱਲਾ ਇਹਨਾਂ ਤੋਂ ਕਿਹ ਜਾੜ ਹੈ ਇਹ ਨਾਰਾ ਦੋਸਤੋ ਸਿਆਲਕੋਟ ਦੀ ਕੀਮਤ 30-40 ਹਜ਼ਾਰ ਰੁਪਏ ਦਾ ਪਰਿੰਦਾ ਦਿੱਤੇ ਜੀ ਵਾਲਾ
ਜਾੜ ਹੈ ਕਬੂਤਰ ਬਾਜ਼ੀ ਦਾ ਬਾਦਸ਼ਾਹ ਕਬੂਤਰ ਹੈ ਕਹਿੰਦੇ ਪਰ ਕਾ ਸ਼ੌਕ ਕਰੋ ਇਹ ਦੇਖਿਆ ਮਾਸ਼ਾਅੱਲਾ ਮਜ਼ਾ ਆਏਗਾ ਸ਼ੌਕ ਕਰ ਦਸਮ ਪਰ ਨਜ਼ਰ ਦੇਖ ਰਹੇ ਆਪ ਐਸਾ ਹੀ ਆ ਤੁਮ ਦੇਖੇ ਔਰ ਯੇ ਇਸਕੇ ਪੰਜੇ ਜੇ ਮਾਦੀ ਕਾ ਸ਼ੌਕ ਕਰੇ ਬਟੇਰੀ ਮਾਦੀ ਇਸਕੀ ਆਂਖ ਦੇਖੇ ਇਹ ਫੈਂਸੀ ਨਹੀਂ ਹੈ ਮੇਰਾ ਬੇਟਾ ਤਾਂ ਜੀ ਕੰਮ ਕਰਨ ਵਾਲੇ ਪਰਿੰਦੇ ਵੱਖਰੇ ਨਜ਼ਰ ਆ ਜਾਂਦੇ ਨੇ ਪਰ ਕਾ ਸ਼ੌਕ ਕਰੇ ਤੁਮ ਦੇਖੇ ਔਰ ਯੇ ਇਸਕੇ ਪੰਜੇ ਚਲੋ ਜਿਹੜੇ ਦੋਸਤ ਭਾਈ ਦੀ ਸਮਾਂ ਚਾਹਣਗੇ ਮੁਹੱਬਤ ਕਰਾ ਲੈਣਗੇ ਆਪੇ ਇਨਸ਼ਾਅੱਲਾ ਆਪ ਭਾਈਓ ਕੋ ਅਗਲਾ ਪੇੜ ਦਿਖਾਤੇ ਆ ਨੰਬਰ 4 ਦੇ ਉੱਪਰ ਸ਼ੌਕ ਕਰੇ ਇਹ ਨਾਰਾ ਦੋਸਤੋ ਆਂਖ ਦੇਖੇ ਪਰ ਕਾ ਸ਼ੌਕ ਕਰੇ ਪਰ ਨਹੀਂ ਇਨਕਾਰ ਤੁਮ ਦੇਖੇ ਔਰ ਯੇ ਇਸਕੇ ਪੰਜੇ ਮਾਦੀ ਕਾ ਸ਼ੌਕ ਕਰੇ ਮਾਦੀ ਕੀ ਆਂਖ ਕਾ ਡਾਇਲ ਦੇਖੇ ਰਿੰਗ ਚੈੱਕ ਕਰੇ ਪਰ ਕਾ ਸ਼ੌਕ ਕਰੇ ਤੁਮ ਦੇਖੇ ਔਰ ਯੇ ਇਸਕੇ ਪੰਜੇ ਸਟੈਂਡਿੰਗ ਚੈੱਕ ਕਰੇ ਦੋਸਤੋ ਤੇ ਜੀ ਉਸਤਾਦ ਜੀ 8000 ਰੁਪਏ ਮੁਹੱਬਤ ਪਾ ਕੇ 5 ਰੁਪਏ ਗੁਜ਼ਾਰਿਸ਼ ਹੈ ਮਾਦੀ ਪਿਪਲਾਂ ਲੈਂਦੇ ਜਨਾਬ ਹੋਰ ਨਾ ਚੈੱਕ ਕਰੋ ਜਰਾ ਮੈਦਾਨ ਚ ਲਿਆਓ ਕਬੂਤਰੀ ਨੂੰ ਆਪਾਂ ਇਹਨੂੰ ਤੋਂ ਅਗਲਾ ਪੇੜ ਦਿਖਾਤੇ ਆ ਇਹ ਲਾਸਟ ਪੇਅਰ ਆ ਦੋਸਤੋ ਭਾਈ ਸ਼ੌਕ ਕਰੇ ਡੱਬ ਵਾਲਾ ਜੋਰਾ ਉਸਤਾਦ ਜੀ ਇਹ ਨਾਰਾ ਮਾਸ਼ਾਅੱਲਾ ਸੇ ਸਾਈਜ਼ ਦੇਖੇ ਲੈਂਥ ਦੇਖੇ ਇਨਕੇ ਇਸਕੀ ਆਂਖ ਦੇਖੇ ਜ਼ਰਾਤ ਵਾਲੀ ਆਂਖ ਹੈ ਪਰ ਕਾ ਸ਼ੌਕ ਕਰੇ ਜੋਰੇ ਦੋਸਤੋ ਭਾਈ ਉਹ ਮੁਕਤਸਰ ਲਏ ਨੇ ਲਾਟਾਂ ਲਾਈਆਂ ਭਾਈਆਂ ਦੇ ਸ਼ੌਕ ਵਾਸਤੇ ਮਾਦੀ ਕਾ ਸ਼ੌਕ ਕਰੇ ਮਾਸ਼ਾਅੱਲਾ ਸੇ ਆਂਖ ਦੇਖ ਚੈੱਕ ਕਰੇ ਦੋਸਤੋ ਪਰ ਕਾ ਸ਼ੌਕ ਕਰੇ ਦੋਸਤੋ ਭਾਈ ਉਹ ਜਿਹੜਾ ਰੇਟ ਦੱਸਦੇ ਆ ਹਰਫੇ ਆਖਰ ਨਹੀਂ ਹੁੰਦਾ ਇਹਦੇ ਚ ਲੈਸ ਕਰਕੇ ਕਨਸੈਸ਼ਨ ਕਰਕੇ ਦੇ ਦੇਣ ਮਾਸ਼ਾਅੱਲਾ ਜੀ ਮਾਸ਼ਾਅੱਲਾ ਚੈੱਕ ਕਰਾਂ ਦੋਸਤੋ ਭਾਈਓ ਤੇ ਜੀ ਉਸਤਾਦ ਜੀ 7000 ਰੁਪਏ ਦਾ ਜੋੜਾ ਦੋਸਤੋ ਭਾਈਓ ਟੱਬ ਵਾਲਾ ਮਹੱਤਾਂ ਪਾ ਕੇ ਉਸਤਾਦ ਜੀ ਨੇ ਰੇਟ ਲਾਇਆ ਤੇ ਦੋਸਤੋ ਭਾਈਓ ਅਸੀਂ ਟਿਕਟੋਕ ਤੇ ਵੀਡੀਓ ਲਾਉਂਦੇ ਹਾਂ ਲਾਜ਼ਮੀ ਫਾਲੋ ਕਰੋ ਲਾਹੌਰ ਪਿਜਨ ਓਫੀਸ਼ਲ ਦੇ ਨਾਮ ਤੇ ਸਾਡਾ ਅਕਾਊਂਟ ਹੈ ਟਿਕਟੋਕ ਦਾ ਵੀ ਚੈਨਲ ਵਾਲੀ ਡਿੱਬੀ ਲੱਗੀ ਹੈ ਉਸਤਾਦ ਜੀ ਦਾ ਛੋਟਾ ਜਿਹਾ ਇੰਟਰਵਿਊ ਕਰ ਲੈਂਦੇ ਹਾਂ ਉਸਤਾਦ ਜੀ ਦਾ ਨੰਬਰ ਅਸੀਂ ਚਲਾ ਵੀ ਦਿਆਂਗੇ
ਉਸਤਾਦ ਜੀ ਸਭ ਤੋਂ ਪਹਿਲੇ ਆਪਣਾ ਨੰਬਰ ਦੱਸ ਦਿਓ ਤੇ ਜਿਹੜੇ ਭਾਈਆਂ ਨੇ ਬਾਜ਼ੀਆਂ ਲਾਈਆਂ ਨੇ ਅਸੂ ਦੀਆਂ ਉਹਨਾਂ ਦੀ ਰਹਿਨਮਾਈ ਵੀ ਕਰਨੀ ਹੈ ਇਨਸ਼ਾਅੱਲਾ ਅਲਹਮਦੁਲਿਲਾਹ ਯਾਦ ਕਰਿਆ ਤੇ ਨੰਬਰ ਤੁਹਾਡਾ 0309 4600 ਪੂਰਾ 770 ਚਲਾ ਵੀ ਦਿਆਂਗੇ ਲਿਖ ਕੇ ਦੋਸਤੋ ਭਾਈ ਉਹ ਵਟਸਐਪ ਤੇ ਕਾਲ ਲੋਕੇਸ਼ਨ ਇਹਨਾਂ ਦੀ ਸ਼ਾਦਰਾ ਮੋੜ ਲਾਹੌਰ ਤੇ ਕਾਰਗੋ ਪੂਰੇ ਪਾਕਿਸਤਾਨ ਤੇ ਸ਼ੋਅ ਅੰਟੀਕ ਲੈਵਲ ਦਾ ਕਰਾਤਾ ਤੇ ਇਨਸ਼ਾਅੱਲਾ ਤਾਲਾ ਉਸਤਾਦ ਜੀ ਦੀ ਨੈਕਸਟ ਵੀਡੀਓ ਵੀ ਜਿਹੜੀ ਹੈਗੀ ਉਹਦੇ ਚ ਵੀ ਆਲਾ ਤੂੰ ਆਲਾ ਸ਼ੋਅ ਹੋਏਗਾ ਤੇ ਪਾਕਿਸਤਾਨ ਜ਼ਿੰਦਾਬਾਦ।